ਭਗਵਾਨ ਕਮਨ ਸਿਆ ਮੈਂ ਇੱਕ ਗੱਲ ਕਹਿਣਾ ਜਿਵੇਂ ਤੇਰਾ ਹਾਲਾਤ ਬਣਦੇ ਜਾਂਦੇ ਆ ਤੇ ਕੇਦਰੀਵਾਲ ਸਾਹਿਬ ਤੁਹਾਨੂੰ ਵੀ ਕਹਿਣਾ ਤੇ ਰਾਗਵ ਚੱਡੇ ਨੂੰ ਵੀ ਆਣਾ ਤੂੰ ਆਪਦੇ ਤੁਸੀਂ ਆਪਦੇ ਵਾਸਤੇ ਤਿੰਨ ਲੋਈਆਂ ਲੈ ਕੇ ਰੱਖੋ ਕਾਲੇ ਰੰਗ ਦੀਆਂ ਕਿਉਂਕਿ ਜਿਹੜਾ 2027 ਦਾ ਰਿਜ਼ਲਟ ਆਉਣਾ ਤੁਸੀਂ ਮੂੰਹ ਵਿਖਾਉਣ ਜੋਗਰੇ ਨਹੀਂ ਰਹਿਣਾ ਦੂਜੀਆਂ ਪਾਰਟੀਆਂ ਤਾਂ ਹਰੀਆਂ ਸੀ ਤੁਹਾਡਾ ਲੋਕਾਂ ਨੇ ਜਲੂਸ ਕੱਟ ਕੇ ਰੱਖਦੇ ਨਾ ਜਿਹੜਾ ਸਾਹਬ ਹੋਇਆ ਪਿਆ ਨਵੀਂ ਬਣੀ ਲਾਰਨੀ ਨਹੀਂ ਮੇਰੇ ਸੰਦਾਂ ਵੱਲ ਵੇਖ ਆ ਜਿਹੜਾ ਡਿੰਪੀ ਢਿੱਲੋ ਗਿੱਦੜਬਾ ਹਲਕੇ ਚੋਂ ਤੁਸੀਂ ਨਵਾਂ ਨਵਾਬ ਦੀ ਝੋਲੀ ਪਾਇਆ ਜਿਹੜਾ ਗਲ ਦਾ ਹਾਰ ਆ ਜਿਹੜਾ ਇਹ ਇਹਨੇ ਪਹਿਲਾਂ ਬੇੜੀਆਂ ਚ ਵੱਟੇ ਪਾਇਆ ਸੁਖਬੀਰ ਬਾਦਲ ਦੇ ਇਹਨੇ ਪਹਿਲਾਂ ਜਾ ਜਾਂਦੀ ਕੀਤੀ ਆ ਕਾਲੀ ਦਲ ਦੀ ਇਹੋ ਜੇ ਬੰਦਿਆਂ ਨੇ ਆ ਕਾਲੀ ਦਲ ਐ ਪੂੰਝ ਕੇ ਸਿਰਤਾ ਪਰ ਜੇ ਲੋਕਾਂ ਨੇ ਇਹਦੇ ਵਰਗੇ ਬੰਦਿਆਂ ਕਰਕੇ ਪੰਜਾਬ ਦੇ ਲੋਕਾਂ ਨੇ ਐ ਪੁੱਛ ਕੇ ਸਿੱਟਿਆ ਅਕਾਲੀ ਦਲ ਨੂੰ ਜਿਵੇਂ ਖਾਬ ਕਰਕੇ ਕੋਈ ਕਪੜਾ ਸਿਰਦੇ ਜਿਵੇਂ ਡੈਸਟਬਿਨ ਸਿਰ ਸਿਰ ਦਿੰਦੇ ਆ ਉਸ ਤਰ੍ਹਾਂ ਲੋਕਾਂ ਨੇ ਅਕਾਲੀ ਦਲ ਨੂੰ ਪਿੱਛੇ ਸੜਤਾ ਤੇ ਅੱਜ ਕੋਈ ਅਕਾਲੀ ਦਲ ਵੇਂਦਾ ਨਹੀਂਗਾ ਕਦੇ ਬਾਦਲ ਨੇ ਕੰਮ ਨਹੀਂ ਕੀਤੇ ਸੀ ਸਖਬੀਰ ਬਾਦਲ ਨੇ ਆ ਕੰਮ ਨਹੀਂ ਕੀਤੇ ਸੀ ਪਰ ਮੰਜਿਆ ਕਿੰਨਾ ਨੇ ਆ ਡਿੰਪੀ ਢੱਲੋ ਵਰਗਿਆਂ ਨੇ ਹੋਰਾਂ ਵਰਗਿਆਂ ਨੇ ਹੁਣ ਆ ਪੰਚਾਇਤੀ ਚੋਣਾਂ ਚੱਲੀ ਜਾਂਦੀਆਂ ਨੇ ਆ ਵੇਖ ਆ ਵੇਖ ਭਗਵੰਤ ਮਾਨਸਿਆਂ ਬੋਲਾ ਹੋ ਗਿਆ ਕਿ ਗੁੰਗਾ ਹੋ ਗਿਆ ਵੇਖ ਲੈ ਇੱਧਰ ਤੁਸੀਂ ਸਭੀ ਜਾਣ ਕੇ ਦਿੰਦੇਗੇ ਨਾਲੇ ਥੋੜੇ ਵਾਲੀ ਯਾਰ ਡੈਪੀ ੱੱਲੋ ਮਰਦਾ ਬਸ ਸੁਣੀ ਚੱਲੋ ਹੁਣ ਤੁਹਾਨੂੰ ਡਰ ਲੱਗਦਾ ਨਾ ਮਿੱਤਰੋ ਘਰੇ ਬਹਿ ਜਾਣਾ ਘਰੇ ਬੈਠਣ ਆਪਦੇ ਜੇ ਕਰ ਲਾ ਦਿੱਤਾ ਜੇ ਲੜਨਾ ਤੇ ਚੌਣ ਮਜ਼ਾ ਚਾਹ ਲੈ ਕੇ ਲੜਾਈ ਕਰੇ ਸਾਡੇ ਬੰਦੇ ਤਿਆਰ ਹੈ ਪਹਿਲੀ ਵਾਰੀ ਹੋਇਆ ਚੌਣ ਸ਼ਾਨ ਦੇਣ ਤੋਂ ਬਾਅਦ ਬਾਹਰ ਫਾਰਮ ਲੱਗ ਜਾਂਦਾ ਰਾਤ ਨੂੰ 12 ਵਜੇ 3 ਵਜੇ ਵੀ ਟੋੜੇ ਰੱਦ ਕਰਦੇ ਟੈਂਪੀ ਦਾ ਬੰਦਾ ਉੱਠਿਆ ਜੀ ਉੱਥੇ ਮੇਰੇ ਮੈਨੂੰ ਚੋਣ ਨਿਸ਼ਾਨਾ ਨਹੀਂ ਮਿਲ ਗਿਆ ਘਣਾ ਜੀ ਸੁਭਾ ਇਲੈਕਟ ਲੱਗੀ ਜੀ ਸਰਕਾਰ ਨੇ ਧੱਕਾ ਕਰਾਈ ਸਾਡੇ ਨਾਲ 30 ਪਿੰਡਾਂ ਦੇ ਕਾਗਜ਼ ਰੱਦ ਕੀਤੇ ਸਣੇ ਸਾਡੇ ਮਤਲਬ ਮੇਰੇ ਖੁਦ ਦੇ ਕਾਗਜ਼ ਹੀ ਰੱਦ ਕੀਤੇ ਨੇ ਇਹ ਤਾਂ ਬਦਲਾ ਇਹਨਾਂ ਦਾ ਆਪ ਦਾ 30 ਪਿੰਡਾਂ ਵਿੱਚ ਕਾਗਜ਼ ਰੱਦ ਕਰਤੇ ਆ ਕਾਲੀ ਦਲ ਨੇ ਇੰਨਾ ਧੱਕਾ ਨਹੀਂ ਕੀਤਾ ਸੀ ਭਗਵੰਤ ਮਾਨਾ ਉਹ ਕਾਂਗਰਸ ਨੇ ਇੰਨਾ ਧੱਕਾ ਨਹੀਂ ਕੀਤਾ ਸੀ ਉਹ ਜਿੰਨੇ ਤੁਸੀਂ ਨੰਗਾ ਨਾਚ ਨੱਚੀ ਜਾਂਦੇ ਆ ਲੋਕਾਂ ਦੇ ਸਿਰ ਚੜ ਚੜ ਕੇ ਐਨਾ ਕਦੇ ਵੀ ਲੋਕਾਂ ਦੇ ਸਿਰ ਤੇ ਕਿਸੇ ਪਾਰਟੀ ਨੇ ਨਾਚ ਨਹੀਂ ਨੱਚਿਆ ਤੂੰ ਦੂਜੀਆਂ ਪਾਰਟੀਆਂ ਨੂੰ ਸਿਖਾਈ ਜਾਂਦਾ ਕਿ ੱੱਕੇ ਕਿਵੇਂ ਕਰਨੇ ਆ ਕਿਵੇਂ ਲੋਕਾਂ ਦਾ ਤੁਸੀਂ ਘਾਨ ਕਰਨਾ ਲੋਕਤੰਤਰ ਦੀ ਧੀ ਮਾਂ ਕਰੀ ਜਾਂਦੇ ਆ ਤੁਸੀਂ ਉਹ ਲੋਕਾਂ ਨੂੰ ਵੋਟਾਂ 'ਚ ਨਹੀਂ ਖੜੇ ਹੁੰਦੇ ਹੀ ਜਾਂਦੇ ਭਗਵੰਤ ਮਾਨ ਤੂੰ ਡਰ ਗਿਆ ਡਰ ਗਿਆ ਹੁਣ ਤੁਹਾਡੇ ਪੱਲੇ ਕੱਖ ਨਹੀਂ ਰਿਹਾ ਡਿੰਪਿਟ ਲੋ ਸਰਪੰਚਾਂ ਦੀਆਂ ਫੇਲ ਰਿਜੈਕਟ ਕਰਾਈ ਜਾਂਦਾ ਜੋ ਨਿਸ਼ਾਨ ਦੇ ਕੇ ਪਹਿਲੀ ਵਾਰੀ ਵੇਖੀ ਜਾਂਦੇ ਆ ਕਿ ਜੋ ਨਿਸ਼ਾਨ ਕਿਸੇ ਨੂੰ ਘੜਾ ਮਿਲ ਗਿਆ ਹੋਵੇ ਘੜਾ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਉਹਦੀ ਫੇਲ ਰਿਜੈਕਟ ਹੋਈ ਹੋਵੇ ਜਦੋਂ ਚੋਣ ਨਿਸ਼ਾਨ ਦੇਤਾ ਉਹ ਸਾਰੇ ਦੇ ਸਾਰੇ ਤੁਸੀਂ ਉਹ ਜਿਵੇਂ ਅੰਗਰੇਜ਼ ਸਾਡੇ ਤੇ ਅਤਿਆਚਾਰ ਕਰਦੇ ਸੀ ਉਹ ਸਾਰੇ ਅਫਸਰੋ ਉਹ ਅਫਸਰ ਸਹਿਬਾਨੋ ਮੈਂ ਚੋਣ ਕਮਿਸ਼ਨਰ ਨੂੰ ਬੇਨਤੀ ਕਰਦਾ ਕਿ ਆ ਕੀ ਹੋ ਰਿਹਾ ਕੀ ਕੀ ਕਰ ਕੀ ਰਹੇ ਆ ਤੁਸੀਂ ਲੋਕਾਂ ਦਾ ਜੀਣਾ ਦੁੱਬਰ ਕਿਉਂ ਕਰ ਰਹੇ ਆ ਭਗਵੰਤ ਮਾਨ ਡਰ ਲੱਗਦਾ ਤਾਂ ਕਿਤੇ ਜਾ ਕੇ ਲੁਕ ਜਾਓ ਉਹ ਤੁਸੀਂ ਸਰਪੰਚੀਆਂ ਦੀਆਂ ਵੋਟਾਂ ਤੋਂ ਡਰ ਲੱਗ ਗਿਆ ਤੁਹਾਡੇ ਹਾਲਾਤੇ ਹੋ ਗਏ ਤੁਸੀਂ ਸਰਪੰਚੀਆਂ ਦੀਆਂ ਵੋਟਾਂ ਤੋਂ ਤੁਹਾਨੂੰ ਡਰ ਲੱਗਣ ਲੱਗ ਗਿਆ ਤੇ ਗਾਂ ਐਮਐਲਏ ਦੀਆਂ ਸੀਟਾਂ ਆਉਣੀਆਂ ਉਹ ਤੁਹਾਡਾ ਜਮਾਈ ਪਤਾ ਸਾਫ ਹੋ ਜਾਣਾ ਯਾਦ ਰੱਖੋ ਗੱਲ ਹੁਣ ਇਸ ਟਾਈਮ ਦਿਮਪੀਟ ਲੋਦੀਆਂ ਉਂਗਲਾਂ ਤੇ ਚੜਾ ਫਿਰਦਾ ਕੋਈ ਗਾਣਾ ਸੀਗਾ ਪੁਰਾਣਾ ਅਖੇ ਚੜੀ ਜਿੰਨਾ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਲੈ ਭਗਵੰਤ ਮਾਨਾ 2027 ਦੇ ਵਿੱਚ ਤੈਨੂੰ ਇਹੀ ਦਿਮਪੀਟ ਲੋ ਹੋਰਾਂ ਨੇ ਮਾਂਜ ਕੇ ਰੱਖਣਗੇ ਤੈਨੂੰ ਉਜਾਰ ਕੇ ਰੱਖਣਗੇ ਕਰਨਲ ਵਾਦਾ ਰਿਆ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਇਹੋ ਜਿਹਾ ਹੋਊਗਾ ਜਿਹੜਾ ਇੱਕ ਵਾਰੀ ਮੁੱਖ ਮੰਤਰੀ ਬਣ ਗਿਆ ਤੇ ਬਾਅਦ ਦੇ ਵਿੱਚ ਇਤਿਹਾਸ ਲਿਖਿਆ ਜਾਊਗਾ ਕਿ ਉਹਨੂੰ ਕਿਸੇ ਨੇ ਮੈਂਬਰੀ ਦੀ ਚੋਣ ਨਹੀਂ ਲੜਾਈ ਤੇਰੇ ਹਾਲਾਤ ਇਹੋ ਜਿਹੇ ਹੋਣੇ ਆ ਇੰਨਾ ਧੱਕਾ ਅੰਗਰੇਜ਼ ਕਰਦੇ ਸੀ ਸਾਡੇ ਨਾਲ ਇੰਨਾ ਧੱਕਾ ਸਾਡੇ ਨਾਲ ਰਾਜੇ ਮਹਾਰਾਜੇ ਕਰਦੇ ਸੀ ਉਹ ਮਹਾਰਾਜਾ ਸਤੂਜੀ ਆਹ ਹੋ ਕੀ ਰਿਆ ਡਿੰਪਿਟ ਲੋ ਆ ਕੀ ਹੋ ਰਿਆ ਕੀ ਪਿੰਡਾਂ ਚ ਫੈਲਾ ਰਿਜੈਕਟ ਕਰਾਈਆਂ ਲੋਕ ਤੈਨੂੰ ਮੁਰਦਾਬਾਦ ਮੁਰਦਾਬਾਦ ਕਰੀ ਜਾਂਦੇ ਆ ਕਿਉਂ ਯਾਰ ਭਗਵੰਤ ਮਾਨ ਦਾ ਬੇੜਾਗਰ ਕਰਦਾ ਅੱਗੇ ਸੁਖਵੀਰ ਕਾ ਬੇੜਾਗਰ ਕਰਕੇ ਰੱਜਿਆ ਨਹੀਂ ਗਾ ਤੂੰ ਬਿਜ਼ਨਸਮੈਨ ਬੰਦਾ ਤੈਨੂੰ ਬੱਸਾਂ ਚਲਾਉਣ ਨਾਲ ਆਉਦੇ ਤੱਕ ਸੀਮਤ ਆ ਬਸ ਕੱਲੀਆਂ ਬੱਸਾਂ ਚਲਾਉਣੀਆਂ ਤੇ ਹਰ ਲੋਕਾਂ ਦੇ ਘਰ ਕਾ ਤੋ ਤਬਾਹ ਕਰਦੇ ਆ ਜੇ ਕਰ ਕੋਈ ਸਰਪੰਚੀ ਲੜਦਾ ਤੇ ਵੋਟਾਂ ਨਾਲ ਹਾਰ ਜਿੱਤ ਕਰਾਓ ਤੁਸੀਂ ਵੋਟਾਂ ਨਾਲ ਹਾਰ ਜਿੱਤ ਹੋਣੀ ਚਾਹੀਦੀ ਆ ਇਹਦਾ ਕੀ ਮਤਲਬ ਹੋਇਆ ਕਿ ਚੋਣ ਨਿਸ਼ਾਨ ਦੇ ਕੇ ਦੂਜੇ ਦਿਨੋ ਲਿਸਟ ਲੱਗਦੀ ਆ ਕਿ ਤੁਹਾਡੀਆਂ ਫਾਈਲਰ ਰਜੈਕਟ ਹੋ ਗਈਆਂ ਭਗਵੰਤ ਮਾਨਸਿਆ ਲੈ ਤੇਰੇ ਨਾਲ ਵਾਦਾ ਰਿਆ ਜਿਹੜੀ ਸਰਕਾਰ ਹੁਣ ਤੇਰੇ 2027 ਚ ਬਣੂਗੀ ਉਹ ਤੇਰੇ ਨਾਲ 20 ਗੁਣਾ ਧੱਕਾ ਕਰੂਗੀ ਆਹ ਉਹਦਾ ਜ਼ਿੰਮੇਵਾਰ ਤੂੰ ਹੋਏਂਗਾ ਜਿਹੜਾ ਨਵੇਂ ਤੋਂ ਨਵਾਂ ਆ ਇੰਨਾ ਧੱਕਾ ਕਦੇ ਬਾਗਲਾ ਨੇ ਨਹੀਂ ਕੀਤਾ ਸੀ ਇੰਨਾ ਧੱਕਾ ਕਦੇ ਕਾਂਗਰਸ ਨੇ ਨਹੀਂ ਕੀਤਾ ਸੀ ਆ ਤਾਂ ਤੁਸੀਂ ਜਾਗਦਿਆਂ ਨੂੰ ਪਾਣੀਏ ਪਾਈ ਜਾਂਦੇ ਆ ਜਾਗਦਿਆਂ ਨੂੰ ਪਾਣੀਏ ਪਾ ਰਹੇ ਆ ਤੁਸੀਂ ਤੇ ਜੌਂਦਿਆਂ ਨੂੰ ਅੱਗ ਲਾਈ ਜਾਂਦੇ ਆ ਮੁਰਦਿਆਂ ਨੂੰ ਅੱਗ ਲਾਈ ਜਾਂਦੀ ਆ ਜੌਂਦਿਆਂ ਨੂੰ ਅੱਗ ਨਹੀਂ ਲਾਈ ਜਾਂਦੀ ਉਹ ਤੁਸੀਂ ਜੌਂਦਿਆਂ ਨੂੰ ਅੱਗ ਲਾਈ ਜਾਂਦੇ ਆ ਉਹ ਤੁਸੀਂ ਤਬਾਹ ਕਰੀ ਜਾਂਦੇ ਆ ਉਹ ਤੁਸੀਂ ਡਰ ਲਾਗੇ ਲੋਕਾਂ ਕੋਲ ਵੋਟਾਂ ਦੀ ਲੜਾਈ ਲੜੋ ਕਦੇ ਸੁਖਬੀਰ ਬਾਦਲ ਨੇ ਕਦੇ ਚਰਨਜੀਤ ਚੰਨੀ ਨੇ ਕਦੇ ਕੈਪਟਨ ਮਰਿੰਦਰ ਸਿੰਘ ਨੇ ਕਦੇ ਪ੍ਰਕਾਸ਼ ਬਾਦਲ ਨੇ ਕਦੇ ਭਾਜਪੀ ਵਾਲਿਆਂ ਨੇ ਐਨਾ ਤੈਨੂੰ ਤੰਗ ਨਹੀਂ ਕੀਤਾ ਸੀ ਐਨਾ ਲੋਕਾਂ ਨੂੰ ਤੰਗ ਨਹੀਂ ਕੀਤਾ ਸੀ ਉਹ ਤੇਰੇ ਰਾਜ ਦਾ ਜਦੋਂ ਤੇਰਾ ਰਾਜ ਨਹੀਂ ਸੀ ਉਦੋਂ ਵੀ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਸੀ ਉਦੋਂ ਵੀ ਚੇਅਰਮੈਨੀਆਂ ਦੀਆਂ ਹੁੰਦੀਆਂ ਸੀ ਪਰ ਇੰਨਾ ਕਿਸੇ ਨੇ ਡਗੜ-ਬਗੜ ਨਹੀਂ ਕਮਾਇਆ ਜਦੋਂ ਸਰਕਾਰ ਗੁੰਡਾਗਰੀ ਤੇ ਉੱਤਰ ਆਵੇ ਜਦੋਂ ਸਰਕਾਰ ਗੁੰਡਾਗਰੀ ਕਰੇ ਉਦੋਂ ਕਿਹੜੇ ਗੁੰਡਿਆਂ ਤੋਂ ਪੰਜਾਬ ਨੂੰ ਬਚਾ ਲੋਂਗੇ ਕਿਹੜੇ ਲੋਕਾਂ ਦੇ ਜਿਹੜੇ ਕਤਲ ਹੋ ਰਹੇ ਆ ਕਿਹੜੇ ਲੋਕਾਂ ਨੂੰ ਤੁਸੀਂ ਬਚਾ ਲੋਂਗੇ ਉਹ ਤੁਸੀਂ ਖੁਦ ਗੁੰਡਾਗਰੀਆਂ ਤੇ ਹੋਏ ਪਏ ਆ ਬਾਬਾ ਸਾਹਿਬ ਅੰਬੇਦਕਰ ਦੀ ਇੱਕ ਪਾਸੇ ਫੋਟੋ ਲਾ ਲਈ ਆਖੇ ਜੀ ਅਸੀਂ ਤਾਂ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਤੁਸੀਂ ਤੈਸ ਨੈਸ ਕਰੀ ਜਾਂਦੇ ਆ ਅਸਲ ਦੇ ਵਿੱਚ ਤਾਂ ਅਸਤੀਫਾ ਦੇ ਕੇ ਘਰੇ ਬਹਿ ਜਾਓ ਭਗਵੰਤ ਮਾਨ ਜਿਹੜੀ ਜਿੰਨਾ ਦੀਆਂ ਉਂਗਲਾਂ ਤੇ ਫਿਰਦਾ ਇਹ ਤੈਨੂੰ jaar ਕੇ ਧਰਨਗੇ ਇਹ ਉਹ ਬੰਦੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਚ ਰਹਿ ਕੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰ ਕਰਾਇਆ ਇਹਨਾਂ ਨੇ ਸਤਿਆਨਾਸ ਮਾਰਿਆ ਅੱਜ ਸੁਖਬੀਰ ਬਾਦਲ ਰੋਂਦਾ ਫਿਰਦਾ ਆ ਕਿਹੜੀ ਕੌਣ ਜ਼ਿੰਮੇਦਾਰ ਤੇ ਜਦੋਂ ਉਹਨਾਂ ਦੇ ਆਪ ਦੇ ਕਾਰੋਬਾਰ ਤੇ ਗੱਲ ਆਈ ਜਦੋਂ ਉਹਨਾਂ ਦੇ ਪਾਵਰ ਤੇ ਗੱਲ ਆਈ ਉਸ ਟਾਈਮ ਇਹਨਾਂ ਨੇ ਤੇਰਾ ਲੜ ਫੜ ਲਿਆ ਕਦੇ ਉਸ ਫੁੱਲ ਤੇ ਕਦੇ ਉਸ ਫੁੱਲ ਤੇ ਦਿੰਪੀ ਢਲਤ ਕਲੀਆਂ ਵਰਗਾ ਇਹ ਯਾਦ ਰੱਖ ਲੈ ਲੈ ਭਗਵੰਤ ਮਾਨ ਜਿਸ ਦਿਨ ਤੇਰੀ ਸਰਕਾਰ ਨਾ ਰਹੀ ਉਸ ਤੋਂ ਬਾਰੇ ਦਾ ਪਤਾ ਨਹੀਂ ਕਿਹੜੀ ਪਾਰਟੀ ਦੇ ਵਿੱਚ ਜਾਣਾ ਯਾਦ ਰੱਖ ਗੱਲ ਆ ਐਸੇ ਗੱਲਾਂ ਕਰਕੇ ਅਕਾਲੀ ਦਲ ਨੇ ਧੋਖੇ ਖਾਦੇ ਸੀ ਐਸ ਗੱਲਾਂ ਕਰਕੇ ਧੋਖੇ ਤੂੰ ਖਾਏਂਗਾ ਜਾਂ ਲੈ ਕੇ ਲੈਣਾ ਜੇ ਮਹਾਰਾਜ ਨੇ ਕਿਰਪਾ ਕੀਤੀ ਤਾਂ ਗਿੱਦੜਵਾ ਤੋਂ ਜਿਹੜੀ ਜਿਮਣੀ ਚੋਣ ਹੋਣੀ ਆ ਉੱਥੇ ਮੈਂ ਵੀ ਕਾਗਜ਼ ਭਰੂੰਗਾ ਜੇ ਮਹਾਰਾਜ ਨੇ ਚਾਇਆ ਤਾਂ ਫਿਰ ਮੈਂ ਦੱਸੂੰਗਾ ਹਾਂ ਜਿੱਤਾਂ ਹਾਰਨ ਦੀ ਮੈਨੂੰ ਕੋਈ ਦਿੱਕਤ ਨਹੀਂ ਲਲਕਾਰ ਕੇ ਕਹੂੰਗਾ ਕਿ ਆਏ ਫਿਰਦੇ ਆ ਚੋਣਾ ਲੜੀ ਜਾਂਦੇ ਆ ਰਿਜੈਕਟ ਕਰਾਉਣੀਆ ਹੂੰਗਾ ਕਰਾ ਲਓ ਜੇ ਤੁਸੀਂ ਉਹਨਾਂ ਜਿਹੜੇ ਬੰਦੇ ਵਿਚਾਰੇ ਸਰਪੰਚੀ ਦੀ ਚੋਣ ਨਹੀਂ ਤੁਸੀਂ ਲੜਨਦੇ ਹੀ ਜਾਂਦੇ ਕਿਹੜੇ ਤੁਸੀਂ ਆਮ ਘਰਾਂ ਦੀ ਗੱਲ ਕਰਦੇ ਆ ਅਖੇਸ਼ੀ ਆਮ ਘਰਾਂ ਦੇ ਪੁੱਟਾ ਨੂੰ ਮੰਤਰੀ ਬਣਾਉਣਾ ਅਖੇਸ਼ੀ ਆਮ ਘਰਾਂ ਦੇ ਪੁੱਟਾ ਨੂੰ ਆ ਬਣਾਉਣਾ ਸਾਡੇ ਆਮ ਲੋਕ ਆਮ ਲੋਕ ਆਮ ਲੋਕ ਆਪ ਕਿਹੜੇ ਆਮ ਲੋਕ ਓਏ ਆਮ ਲੋਕ ਮੈਂਬਰੀ ਸਰਪੰਚੀ ਦੀਆਂ ਫਾਈਲਰ ਰਜੈਕਟ ਨਹੀਂ ਕਰਾਉਂਦੇ ਹੁੰਦੇ ਹੁੰਦੇ ਉਹ ਤੁਸੀਂ ਰਾਜੇ ਬਣ ਗਏ ਉਹ ਇੰਨੇ ਰਾਜਿਆਂ ਨੇ ਧੱਕੇ ਨਹੀਂ ਕੀਤੇ ਜਿੰਨੇ ਤੁਸੀਂ ਕਰੀ ਜਾਂਦੇ ਆ ਉਹ ਇੰਨੇ ਅੰਗਰੇਜ਼ਾਂ ਨੇ ਧੱਕੇ ਨਹੀਂ ਕੀਤੇ ਜਰਨਾਟਰ ਦੀ ਸੋਚ ਅਪਣਾਈ ਖੜੇ ਆ ਤੁਸੀਂ ਤੁਸੀਂ ਲੋਕਾਂ ਨੂੰ ਫੈਲਾ ਭਰੀਆਂ ਪਰਾਈਆਂ ਚੋ ਨਿਸ਼ਾਨ ਮਿਲੇ ਮਲਾਏ ਉਹਨਾਂ ਦੇ ਰਜੈਕਟ ਕਰੀ ਜਾਂਦੇ ਆ ਇਹਦਾ ਮਤਲਬ ਇਹ ਆ ਕਿ ਤੁਸੀਂ ਲੋਕਾਂ ਤੋਂ ਵੋਟਾਂ ਨਹੀਂ ਲੈਣੀਆਂ ਜਿਹੜੀਆਂ ਤੁਸੀਂ ਪਿੰਡਾਂ ਦੇ ਵਿੱਚ ਧੱਕੇ ਕਰਤੇ ਆ ਜਿੱਥੇ ਸਿੱਧੇ ਸਰਪੰਚ ਚੁੰਨਤੇ ਆ ਇਹ ਗੱਲ ਯਾਦ ਰੱਖ ਲਓ ਜੇਕਰ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆ ਜਾਂ ਅਕਾਲੀ ਦਲ ਦੀ ਆਉਂਦੀ ਆ ਤੇ ਜਿਹੜੇ ਤੇਰੇ ਸਰਪੰਚ ਬਣੇ ਹੋਣਗੇ ਉਹਨਾਂ ਨੇ ਅਗਲੇ ਨੇ ਕਹਿੰਦਾ ਜਾ ਭਈ ਓਏ ਪ੍ਰਬੰਧਕ ਲੱਗਣਗੇ ਇੱਥੇ ਤੇ ਸਰਪੰਚੀ ਕੌਣ ਕਰਨਗੇ ਫਿਰ ਉਹੀ ਕਰਨਗੇ ਜਿਹੜੇ ਪੁਰਾਣੇ ਸਰਪੰਚ ਬਣੇ ਸੀ ਜਿਹੜੇ ਅਕਾਲੀ ਦਲ ਦੇ ਸਰਪੰਚ ਸੀ ਜਿਹੜੇ ਕਾਂਗਰਸ ਦੇ ਸਰਪੰਚ ਸੀ ਉਹਨਾਂ ਦੀਆਂ ਪੰਚਾਇਤਾਂ ਤੁਸੀਂ ਭੰਗ ਕਰਾ ਕੇ 2022 ਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਝਾੜੂ ਚੱਪੇ ਵਾਲਿਆਂ ਨੇ ਜਿਨ੍ਹਾਂ ਨੇ 50-50 ਹਜ਼ਾਰ ਰੁਪਿਆ ਲੱਖ-ਲੱਖ ਰੁਪਿਆ ਫੰਡ ਦਿੱਤਾ ਸੀ ਤੁਸੀਂ ਉਹਨਾਂ ਦੇ ਅਧੀਨ ਪ੍ਰਬੰਧਕ ਕੀਤੇ ਸਾਰੋ ਕਾਰੋਬਾਰ ਉਹਨਾਂ ਨੇ ਚਲਾਏ ਤੇ ਜੇਕਰ ਅਕਾਲੀ ਦਲ ਕਾਂਗਰਸ ਵਾਲੇ ਕਪਲੇ ਕਰਦੇ ਸੀ ਤੇ ਤੁਹਾਡੇ ਸਰਪੰਚ ਕੀ ਕਰਦੇ ਆ ਜੇਕਰ ਅਕਾਲੀ ਦਲ ਕਾਂਗਰਸ ਵਾਲੇ ਕਪਲੇ ਕਰਦੇ ਸੀ ਤੇ ਫਿਰ ਤੁਸੀਂ ਕਪਲਿਆਂ ਤੋਂ ਕੋਈ ਦੂਰ ਨਹੀਂ ਬੈਠੇ ਤੁਸੀਂ ਵੀ ਦੇ ਕਪਲੇ ਤੇ ਕਪਲਾ ਇੱਕ ਹਿਸਾਬ ਦਾ ਕੀ ਪੰਜਾਬ ਦਾ ਸਵਾਰਿਆ ਕਰੋੜਾ ਰੁਪਇਆ ਜਿਹੜਾ ਲੱਖਾਂ ਕਰੋੜਾ ਰੁਪਇਆ ਕਰਜ਼ਾ ਚਾਕੇ ਸਾਡੇ ਸਿਰ ਚ ਮਾਰਿਆ ਤੇ ਹੁਣ ਰਹਿੰਦੇ ਖੁੰਦੇ ਲੋਕਾਂ ਨੂੰ ਸਰਪੰਚੀ ਦੇ ਕਾਗਜ਼ ਤੱਕ ਨਹੀਂ ਭਰਨਦੇ ਹੀ ਜਾਂਦੇ ਧੱਕਾ ਨਹੀਂ ਤੇ ਹੋਰ ਕੀ ਆ ਧੱਕਾ ਕਰੀ ਜਾਂਦੇ ਆ ਰੱਬ ਤੋਂ ਡਰੋ ਰੱਬ ਤੋਂ ਡਰੋ ਵੱਡੇ ਵੱਡੇ ਕਹਿੰਦੇ ਘੌਂਦਿਆਂ ਦਾ ਹੰਕਾਰ ਨਹੀਂ ਰਿਹਾ ਤੁਹਾਨੂੰ ਕਿਸ ਗੱਲ ਦਾ ਹੰਕਾਰ ਹੋ ਗਿਆ ਓ ਭਰਾਵੋ ਸਰਕਾਰਾਂ ਭੇੜ ਦੇ ਲੇਲੇ ਦੀ ਜਵਾਨੀ ਆ ਭੇੜ ਦੇ ਲੇਲੇ ਦੀ ਜਵਾਨੀ ਕੁਝ ਕੁ ਸਮਾਂ ਹੀ ਰਹਿੰਦੀ ਆ ਤੇ ਬੱਕਰੇ ਦੀ ਮਾਂ ਕੱਬ ਤੱਕ ਖੈਰ ਮਨਾਏਗੀ ਆਖਰ ਨੂੰ ਤੋਤਾ ਪਿੰਜਰੇ ਚ ਇੱਕ ਦਿਨ ਉੱਡ-ਪੁੱਡ ਜਾਣਾ ਤੇ ਤੁਹਾਡੇ ਜਿਹੜੇ 99 92 ਤੋਤੇ ਆ ਇਹ ਪਿੰਜਰੇ ਉੱਡਨੇ ਨਹੀਂ ਪਿੰਜਰੇ ਟੁੱਟਣਗੇ ਤੇ ਤੋਤੇ ਆਜ਼ਾਦ ਹੋਣਗੇ ਜਿਹੜੀ ਪਾਵਰ ਤੁਹਾਡੇ ਹੱਥ ਚ ਲੋਕ ਪਿੰਜਰਾ ਤੋੜ ਕੇ ਤੁਹਾਡੇ ਕੋਲੋਂ ਖੋਣਗੇ ਯਾਦ ਰੱਖ ਲੋ ਆ ੱੱੱੱ ਭਗਵੰਤ ਮਾਨਸਿਆਂ ੱੱੱ ਜੇ ਤੇਰੇ ਨਾਲ ਕੇਸਰੀਵਾਲ ੱੱੱ ਕਰਦਾ ਅਸੀਂ ਬੋਲੇ ਆ ਨਾ ਤੇਰੇ ਹੱਕ ਦੇ ਵਿੱਚ ਕਿ ਭਗਵੰਤ ਮਾਨ ਦੀ ਕੁਰਸੀ ਆ ਭਗਵੰਤ ਮਾਨ ਨੂੰ ਹੀ ਮਿਲਣੀ ਚਾਹੀਦੀ ਆ ਪਰ ਅੱਜ ਭਗਵੰਤ ਮਾਨ ਖੁਦ ਜਰਨ ਅਡੈਰ ਵਾਲੀ ਸੋਚ ਤੇ ਆਇਆ ਪਿਆ ਇਹ ਸੋਚਾਂ ਬਦਲਣੀਆਂ ਪੈਣੀਆਂ ਭਗਵੰਤ ਮਾਨ ਮੈਂ ਇਹ ਬੇਨਤੀ ਕਰਦਾ ਭਗਵੰਤ ਮਾਨ ਜੀ ਕਿ ਹਲੇ ਵੀ ਤੁਹਾਡੇ ਕੋਲ ਮੌਕਾ ਜਿਹੜੇ ਤੁਸੀਂ ਰਿਜੈਕਟ ਫੈਲਾ ਕਰਾਂਗਾ ਵੋਟਾਂ ਪਵਾਓ ਤੇ ਜੇ ਵੋਟਾਂ ਦੇ ਵਿੱਚ ਧੱਕੇ ਨਾ ਕਰੋ ਜੇਕਰ ਤੁਹਾਡੇ ਸਰਪੰਚਾਂ ਦੀ ਜਮਾਨਤਾਂ ਜ਼ਬਤ ਨਾ ਹੋਣ ਤੇ ਮੈਨੂੰ ਕਹਿਦੀ ਜਾਵੇ ਸ਼ੁਭਦੀਪ ਸਿੰਘਾ ਤੂੰ ਐਂ ਫਿਰਦਾ ਸੀ ਯਾਰ ਕਦੇ ਅਕਾਲੀ ਦਲ ਵਾਲੇ ਕਾਂਗਰਸ ਵਾਲੇ ਫੈਲਾ ਫੂਲਾ ਦਾ ਤਾਂ ਸੁਣਿਆ ਸੀ ਐਵੇਂ ਮੈਂ ਕਹੀ ਜਾਵਾ ਪਰ ਕਦੇ ਚੋਣ ਨਿਸ਼ਾਨ ਦੇ ਕੇ ਉਹਨਾਂ ਨੇ ਖੋਏ ਨਹੀਂ ਸੀ ਤੁਹਾਨੂੰ ਬੱਦ ਸੀਸ ਲੱਗੂਗੀ ਗਰੀਬਾਂ ਦੀ ਤੁਹਾਨੂੰ ਬੱਦ ਸੀਸ ਲੈ ਕੇ ਬੈਠੂਗੀ ਬੱਦ ਸੀਸ ਗਰੀਬ ਦੀ ਇੰਨੀ ਭੈੜੀ ਹੁੰਦੀ ਆ ਤੁਸੀਂ ਐਮਐਲਏ ਬਣ ਗਏ ਤੁਸੀਂ ਮੰਤਰੀ ਬਣ ਗਏ ਤੁਹਾਨੂੰ ਲੋਕਾਂ ਨੇ ਬਣਾਇਆ ਤੇ ਅੱਜ ਜੇ ਕੋਈ ਸਰਪੰਚ ਬਣ ਨੂੰ ਫਿਰਦਾ ਤੁਸੀਂ ਉਹਨੂੰ ਸਰਪੰਚ ਨਹੀਂ ਬਣ ਦਈ ਜਾਂਦੇ ਇਹ ਧੱਕਾ ਭਗਵੰਤਮਾਨ ਇਹ ਧੱਕਾ ਫੈਲਾ ਚੰਗੀਆਂ ਭਲੀਆਂ ਆ ਕੇ ਚੋਣ ਨਿਸ਼ਾਨ ਮਿਲ ਕੇ ਉਹਨਾਂ ਦੇ ਚੋਣ ਨਿਸ਼ਾਨ ਤੱਕ ਰਿਜੈਕਟ ਕਰਾਤੇ ਬੰਦੇ ਦੱਸ ਰਹੇ ਆ ਕਿ ਚੋਣ ਨਿਸ਼ਾਨ ਘੜਾ ਸੀ ਤੁਸੀਂ ਚੱਕ ਕੇ ਤੋੜਤਾ ਲੋਕਾਂ ਨੇ ਹੋ ਸਕਦਾ ਪਾਣੀ ਨਾਲ ਭਰਨਾ ਹੋਵੇ ਹੋ ਸਕਦਾ ਦੁੱਧ ਨਾਲ ਭਰਨਾ ਹੋਵੇ ਕਹਿੰਦੇ ਕਿਸੇ ਦਾ ਚੋਣ ਨਿਸ਼ਾਨ ਬਾਲਟੀ ਸੀ ਉਹਦਾ ਕੁੰਡਾ ਹੀ ਉਹਦੇ ਹੱਥ ਚ ਰਹਿ ਗਿਆ ਤੇ ਬਾਲਟੀ ਤੁਸੀਂ ਖੋ ਕੇ ਲੈ ਗਏ ਉਹਦੀ ਵੀ ਫੈਲ ਰਿਜੈਕਟ ਹੋ ਗਈ ਟਰੈਕਟਰ ਸੀ ਟਰੈਕਟਰ ਵਾਲੇ ਨੇ ਕਹਿੰਦੇ ਉਹਦੇ ਹੱਥ ਚ ਸਟੀਰਿੰਗ ਹੀ ਰਹਿ ਗਿਆ ਤੇ ਟਰੈਕਟਰ ਵੀ ਖੋ ਕੇ ਲੈ ਗਏ ਅਗੇ ਥੋੜੀਆਂ ਫੈਲ ਰਿਜੈਕਟ ਹੋ ਗਈਆਂ ਬਹੁਤ ਗਲਤ ਕੀਤਾ ਮਾਨਸਾ ਵੇ ੱੱੱਕਾ ਇੰਨਾ ਧੱਕਾ ਨਹੀਂ ਕਰਨਾ ਚਾਹੀਦਾ ਇਹ ਡਿੰਪੀ ਢੱਲੋ ਜੀ ਨੂੰ ਸਮਝਾਓ ਕਿ ਇੰਨਾ ਧੱਕਾ ਨਾ ਕਰੋ ਜੇਕਰ ਇਹ ਦੇਸ਼ ਸਾਡਾ ਇਹ ਜਿਹੜਾ ਕਹੋ ਕ੍ਰਾਂਤੀਕਾਰੀ ਦੇਸ਼ ਵੀ ਸਾਡੇ ਰਹੇ ਆ ਦੇਸ਼ ਅੱਜ ਵੀ ਸਾਡਾ ਦੇਸ਼ ਆ ਨਾ ਜਿਹੜਾ ਉਹ ਕ੍ਰਾਂਤੀਕਾਰੀ ਆ ਜ਼ੁਲਮ ਦੇ ਖਿਲਾਫ ਇਹ ਬਾਤ ਚੱਕਦਾ ਦੂਜਾ ਨੰਬਰ ਸਾਡਾ ਜਿਹੜਾ ਦੇਸ਼ ਆ ਇਹ ਲੋਕਤੰਤਰ ਆ ਤੇ ਤੁਸੀਂ ਤੰਤਰਤਾ ਆਪਦੇ ਕੋਲ ਰੱਖੀ ਜਾਂਦੇ ਆ ਲੋਕ ਲੋਕ ਸਾਨੂੰ ਦੇਤੇ ਆ ਕੀ ਦਿੱਕਤ ਆ ਉੱਠਣ ਦਿਓ ਜਿਹੜਾ ਔਰਦਾ ਵੋਟਾਂ ਨਾਲ ਹਰਾਓ ਤੇ ਜੇਕਰ ਅੱਜ ਤੁਸੀਂ ਸਰਪੰਚੀ ਦਾ ਧੱਕਾ ਕਰੀ ਜਾਂਦੇ ਆ ਲਓ ਪ੍ਰਮਾਤਮਾ ਨੀਲੀ ਛੱਤ ਲੈ ਦੇਓ ਦੇ ਥੱਲੇ ਨੀਲੀ ਛੱਤ ਤੇ ਖੜ ਕੇ ਕਹਿੰਨੇ ਆ ਕਿ ਤੁਹਾਡੇ ਰਿਜ਼ਲਟ 2027 ਦੇ ਵਿੱਚ ਇਹੋ ਜਿਹੇ ਹੋਣਗੇ ਕਿ ਤੁਸੀਂ 10 ਦਿਨ ਰੋਣੋਂ ਚੁੱਪ ਨਹੀਂ ਹੋਣਾ ਤੇ ਕਈਆਂ ਦੇ ਤਾਂ ਰੋ ਰੋ ਰਮਾਲ ਭਿਜਦੇ ਆ ਥੋੜੇ ਸਾਰੇ ਕੱਪੜੇ ਨਾ ਨਾ ਭਿੱਜਣ ਰੋ ਰੋ ਕੇ ਤੇ ਤੂੰ ਕਈ ਵਿਸ਼ੋ ਦੀ ਫਾਈਲ ਕਾ ਤੂੰ ਐਵੇਂ ਫਿਰਦਾ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ